ਹਾਂਜੀ ਸਤਿ ਸ੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਆਪਾਂ ਤੁਹਾਡੀ ਤਿਆਰੀ ਲਈ ਹਰ ਐਤਵਾਰ ਸਵੇਰ 8 ਵਜੇ ਪੇਪਰ ਅਪਲੋਡ ਕਰਦੇ ਹੁੰਨੇ ਆ ਬਿਲਕੁਲ ਪੇਪਰ ਦੇ ਲੈਵਲ ਦਾ ਤੇ ਇਸ ਵਾਰ ਆਪਣਾ 25ਵਾਂ ਪੇਪਰ ਆ ਇਹ ਤੇ ਧਿਆਨ ਨਾਲ ਕਰਨਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਫਰਵਰੀ ਚ ਕਹਿ ਰਹੇ ਆ 26 ਤੋਂ ਵੀ ਆਪਣਾ ਪੰਜਾਬੀ ਲੈਵਲ ਦਾ ਇੱਕ ਪੇਪਰ ਹੋਣਾ ਪਹਿਲਾਂ ਜਿੰਨ ਕੁਆਲੀਫਾਈ ਪੇਪਰ ਕਿਹਾ ਗਿਆ ਤੇ ਉਹਦੇ ਲਈ ਠੀਕ ਆ ਅਵੇਸਲੇ ਵੀ ਨਾ ਹੋ ਪਰ ਜਿਆਦਾ ਵੀ ਨ ਆਪਣੇ ਆਪ ਤੇ ਦਬਾਅ ਪਾਓ 10ਵੀਂ ਦੀ ਗ੍ਰਾਮਰ ਲੈ ਆਓ ਵਿਆਕਰਨ 10ਵੀਂ ਦੀ ਸਾਰਾ ਉਹਦੇ ਚ ਹੀ ਸਾਰਾ ਕੁਝ ਤੇ ਇੱਕ 10ਵੀਂ ਦੀ ਸਮਾਜਿਕ ਸਿੱਖਿਆ ਦੀ ਕਿਤਾਬ ਲੈ ਆਓ ਭਾਗ ਦੂਜਾ ਉਹ ਚ ਪੰਜਾਬ ਦਾ ਇਤਿਹਾਸ ਆ ਜੂ ਸਾਰਾ ਤੇ ਇੱਕ ਲੈ ਆਓ ਪਲੱਸ 2 ਦੀ ਲੈ ਆਓ ਇੱਕ 12ਵੀਂ ਕਲਾਸ ਦੀ ਪੰਜਾਬੀ ਲਾਜ਼ਮੀ ਉਹਦੇ ਚ ਸੱਭਿਆਚਾਰ ਦੇ ਨਾਲ ਰਿਲੇਟਡ ਸਾਰੇ ਪ੍ਰਸ਼ਨ ਆ ਜਾਣਗੇ ਸੱਭਿਆਚਾਰ ਕੀ ਆ ਲੋਕ ਤਿਹਾਰ ਮੇਲੇ ਬੋਲੀਆਂ ਪਹਿਰਾਵਾ ਸਾਰਾ ਕੁਝ ਆ ਜੂਗਾ ਤੇ ਇਹ ਤਨ ਚੀਜ਼ਾਂ ਪੜ੍ਹ ਲਓ ਕਾਫੀ ਆਹੇ ਪੇਪਰ ਕਲੀਅਰ ਕਰਨ ਲਈ ਹਮੇ ਜਿਆਦਾ ਨਗਾਈ ਚ ਜਾਵਾਂਗੇ ਤਾਂ ਆਪਦੀ ਸਟੈਂਡੋ ਵੀ ਖਰਾਬ ਹੋਊਗੀ ਜੇ ਇਦਿਹੀ ਜਿਆਦਾ ਨਗਾਈ ਚ ਜਾਈਗੇ ਕਿਉਂਕਿ ਇੱਕ ਜੌਬ ਲਈ ਦੋ ਪੇਪਰ ਇੱਕੋ ਜਿਹਾ ਲੈਵਲ ਤੇ ਕਿਤੇ ਨਹੀਂ ਹੁੰਦੇ ਇੱਕ ਪੇਪਰ ਸੌਖੇ ਹੋਗਾ ਤੇ ਦੂਜੇ ਦਾ ਲੈਵਲ ਜ਼ਿਆਦਾ ਹੋਗਾ ਕਿਉਂਕਿ ਆਪਣੇ ਦਾ ਦੂਜੇ ਜਿਹਾ ਲੈਵਲ ਬਹੁਤ ਹੋ ਜਾਂਦਾਗਾ ਤੇ ਇਸ ਲਈ ਜ਼ਿਆਦਾ ਬੋਝ ਨਾ ਪਾਇਓ ਤੇ ਪਰ ਅਵੇ ਇਸ ਲਈ ਵੀ ਨਾ ਹੋਇਓ ਕਰੀ ਚੱਲਿਓ ਗ੍ਰਾਮਰ ਤੇ ਥੋੜਾ ਜਿਆਦਾ ਟਾਈਮ ਦੇ ਦਿਆ ਕਰੋ ਬਾਕੀ ਦਾ ਕੰਮ ਸੌਖੀ ਆ ਤੇ ਚਲੋ ਫਿਰ ਆਪਾਂ ਪੈਰਾ ਬੋਲਦੇ ਹਾਂ ਤੁਹਾਨੂੰ ਇੱਕ ਤੇ ਇਹ ਟਰਾਈਲ ਪੈਰਾ ਬੋਲਦੇ ਆ ਉਮੇਜ ਨੂੰ ਆਪਾਂ ਬੋਲਦੇ ਹੁਣ ਟ੍ਰਾਈਲ ਪੈਰਾ ਵੀ ਤੁਹਾਡਾ ਹੱਥਿਆ ਚੱਲ ਪੇ ਇਹਦੀ ਪੰਜਾਬੀ ਨਾਲ ਲਿਖਿਓ ਇਹ ਕਲੀ ਸ਼ਾਰਟਹੈਂਡ ਲਿਖ ਲਿਓ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪ੍ਰੋਪਰ ਪੈਰਾ ਬੋਲਿਆ ਜਾਊਗਾ ਤੇ ਪੇਪਰ ਵਾਂਗ 2.5 ਮਿੰਟ ਬੋਲਿਆ ਜਾਓ 2 ਮਿੰਟ ਫਿਰ ਬ੍ਰੇਕ ਦੇ ਤੌਰ ਤੇ ਖਾਲੀ ਵੀਡੀਓ ਚੱਲੂ ਫਿਰ 2 ਮਿੰਟ ਜਿਹਦੇ ਕੋਲ ਪੀਸੀ ਨਹੀਂ ਉਹ ਪੰਜਾਬੀ ਲਿਖ ਲਿਓ ਜਿਹਦੇ ਕੋਲ ਪੀਸੀ ਆ ਉਹ ਟਾਈਪ ਜ਼ਰੂਰ ਕਰਿਓ ਚਲੋ ਫਿਰ ਟ੍ਰਾਈਲ ਪੈਰਾ ਬੋਲਦੇ ਆ रेडी ਸੱਭਿਆਚਾਰ ਕਿਸੇ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਚ ਹੁੰਦੀ ਹੈ ਡੰਡੀ ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮਨੋਤਾ ਰਹਿਣ ਸਹਿਣ ਕਦਰਾਂ ਕੀਮਤਾਂ ਖਾਣ ਪੀਣ ਰੀਤੀ ਰਵਾਜਾਂ ਪਹਿਰਾਵੇ ਬੋਲੀ ਅਤੇ ਤਿੱਥ ਤਿਹਾਰ ਦਾ ਸੁਮੇਲ ਹੈ ਡੰਡੀ ਉਪਰੀ ਨਜ਼ਰ ਵੇਖੀਏ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉੱਥੇ ਇਸ ਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰਦੇ ਹਾਂ ਹਾਂਜੀ ਏ ਵੀ ਸਭਿਆਚਾਰ ਤਾਂ ਹੀ ਬੋਲੇਗਾ ਜੀ ਥੋੜਾ ਚਲੋ ਥੋੜੇ ਇਹ ਵੀ ਪੱਲੇ ਪਾ ਜੇ ਤੇ ਚਲੋ ਫਿਰ ਹੁਣ ਤੁਹਾਨੂੰ ਆਪਾਂ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਧਿਆਨ ਨਾਲ ਕਰਨਾ ਕੋਈ ਜ਼ਿਆਦਾ ਔਖਾ ਨਹੀਂ ਪੈਰਾ ਠੀਕ ਆ ਹੁਣ ਰੈਡੀ ਹੋ ਜਾਓ ਰੈਡੀ 2023 ਵਿੱਚ ਇਸ ਨੂੰ ਸ਼ਰਾਬ ਦੀ ਵਰਤੋਂ ਦੇ ਵਿਗਾਰਜਾਂ ਸ਼ਰਾਬ ਦੀ ਨਿਰਪਰਤਾ ਦੇ ਤਾਰ ਉੱਤੇ ਦੁਬਾਰਾ ਵਰਗੀਕਰਿਤ ਕੀਤਾ ਗਿਆ ਸੀ ਡੰਡੀ ਸ਼ਰਾਬ ਦੀ ਦਰਵਰਤੋਂ ਦੇ ਦੋ ਕਿਸਮ ਹੁੰਦੇ ਹਨ ਉਹ ਜਿਹੜੇ ਸਮਾਜ ਵਿਰੋਧੀ ਅਤੇ ਮਨਮੋਹਣੇ ਰੁਝਾਨਾ ਵਾਲੇ ਹੁੰਦੇ ਹਨ ਅਤੇ ਜਿਹੜੇ ਚਿੰਤਾਪਰੇ ਲੋਕ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਪੀਣ ਤੋਂ ਬਿਨਾ ਰਹਿੰਦੇ ਹਨ ਪਰ ਉਹ ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ ਆਪਣੇ ਆਪ ਨੂੰ ਕਾਬੂ ਕਰਨ ਵਿੱਚ ਅਸਮਰੱਥ ਹਨ ਡੰਡੀ ਅਲਕੋਹਲ ਦੀ ਦਰਵਾਰ ਤੋਂ ਸ਼ਰਾਬ ਪੀਣ ਤੋਂ ਲੈ ਕੇ ਗੈਰ ਸਿਹਤਮੰਦ ਸ਼ਰਾਬ ਪੀਣ ਦੇ ਵਿਵਹਾਰ ਦਾ ਇੱਕ ਗੁਣ ਹੈ ਬਹੁਤ ਸਾਰੇ ਮਾਮਲਿਆਂ ਵਿੱਚ ਵਿਅਕਤੀਆਂ ਲਈ ਸਿਹਤ ਸਮੱਸਿਆਵਾਂ ਅਤੇ ਵੱਡੇ ਪੱਧਰ ਉੱਤੇ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਅਲਕੋਹਲ ਨਾਲ ਜੁੜੇ ਅਪਰਾਧ ਹਨ ਡੰਡੀ ਵਿਸ਼ਵ ਵਿਆਪੀ ਤੌਰ ਉੱਤੇ ਅਲਕੋਹਲ ਦਾ ਸੇਵਨ ਮੌਤ ਅਤੇ ਬਿਮਾਰੀ ਅਤੇ ਸੱਟ ਦੇ ਬੋਝ ਲਈ ਸੱਤਵਾਂ ਮੋਹਰੀ ਜੋਖਮ ਵਾਲਾ ਕਾਰਕ ਹੈ ਸੰਕੇਪ ਵਿੱਚ ਤੰਬਾਕੂ ਨੂੰ ਛੱਡ ਕੇ ਅਲਕੋਹਲ ਕਿਸੇ ਵੀ ਦੂਸਰੀ ਦਵਾਈ ਨਾਲੋਂ ਬਿਮਾਰੀ ਦਾ ਬਧੇਰੇ ਬੋਝ ਹੁੰਦਾ ਹੈ ਅਲਕੋਹਲ ਦੀ ਵਰਤੋਂ ਵਿਸ਼ੇਭਰ ਵਿੱਚ ਜਿਗਰ ਦੀ ਬਿਮਾਰੀ ਨੂੰ ਰੋਕਣ ਦਾ ਇੱਕ ਵੱਡਾ ਕਾਰਨ ਹੈ ਅਤੇ ਅਲਕੋਹਲ जिगर दी बीमारी मुख्य तौर उत्ते शराब ਨਾਲ ਸੰਬੰਧਿਤ ਗੰਭੀਰ ਮੈਡੀਕਲ ਬਿਮਾਰੀ ਹੈ ਡੰਡੀ ਅੱਲੜ ਉਮਰ ਤੋਂ ਲੈ ਕੇ ਬੁੱਢਿਆਂ ਹਰ ਉਮਰ ਦੇ ਲੱਖਾਂ ਆਦਮੀ ਅਤੇ ਔਰਤਾਂ ਸੰਜੁਕਤ ਰਾਜ ਵਿੱਚ ਗੈਰ ਸਿਹਤਮੰਦ ਪੀਣ ਹਾਂਜੀ ਰੈਡੀ ਹੋ ਜਾਓ ਰੈਡੀ ਰੇਤ ਘੜੀ ਵਕਤ ਮਾਪਣ ਲਈ ਵਰਤੀ ਜਾਣ ਵਾਲੀ ਇੱਕ ਤਰਕੀਬ ਹੁੰਦੀ ਹੈ ਜੋ ਕਿ ਕੱਚ ਦੇ ਗਲਾਸ ਵਿੱਚੋਂ ਕਿਰਨ ਵਾਲੀ ਰੇਤ ਦੀ ਮਾਤਰਾ ਦੇ ذریعے ਸਮੇਂ ਦਾ ਪਤਾ ਦਿੰਦੀ ਹੈ ਡੰਡੀ ਇਸ ਲਈ ਇਸ ਨੂੰ ਰੇਤ ਕੜੀ ਕਿਹਾ ਜਾਂਦਾ ਹੈ ਡੰਡੀ ਇੱਕ ਪਾਦਰੀ ਨੇ 8ਵੀਂ ਸਦੀ ਵਿੱਚ ਇਸ ਦੀ ਕਾੜ ਕੱਢੀ ਸੀ ਡੰਡੀ ਇਹ ਦਮਰੂ ਆਕਾਰ ਵਿੱਚ ਕੱਚ ਦੇ ਦੋ ਵੱਲਵਨੁਮਾ ਪੱਤਰ ਜੋੜ ਕੇ ਬਣਾਈ ਜਾਂਦੀ ਹੈ ਡੰਡੀ ਪੱਤਰਾਂ ਦੇ ਤੰਗ ਮੂੰਹ ਜੁੜਨ ਵਾਲੀ ਥਾਂ ਇੱਕ ਪੀੜੀ ਮੋਰੀ ਹੁੰਦੀ ਹੈ ਡੰਡੀ ਉੱਪਰਲੇ ਪਾਤਰ ਦੀ ਰੇਤ ਸਹਜੇ ਸਹਜੇ ਹੇਠਲੇ ਪਾਤਰ ਵਿੱਚ ਕਿਰਦੀ ਜਾਂਦੀ ਡੰਡੀ ਪੂਰੀ ਰੇਤ ਕਿਰਨ ਤੇ ਇੱਕ ਇਕਾਈ ਸਮਾਂ ਬੀਤ ਜਾਂਦਾ ਹੈ ਅਤੇ ਇਸ ਦੇ ਬਾਅਦ ਤਰਕੀਬ ਨੂੰ ਉਲਟਾ ਕਰ ਦਿੱਤਾ ਜਾਂਦਾ ਹੈ ਡੰਡੀ ਗਾਗਰ ਇੱਕ ਧਾਤ ਦਾ ਘੜਾ ਹੈ ਜਿਸ ਨੂੰ ਪਿਛਲੇ ਦਿਨਾ ਵਿੱਚ ਪਾਣੀ ਇਕੱਠਾ ਕਰਨ ਲਈ ਵਰਤਿਆ ਜਾਂਦਾ ਸੀ ਇਸ ਨੂੰ ਪੰਜਾਬੀ ਲੋਕਾਂ ਵੱਲੋਂ ਗੀਤਾਂ ਅਤੇ ਨਾਚਾਂ ਵਿੱਚ ਸੰਗੀਤ ਦੇ ਸਾਧਨ ਵਜੋ ਵੀ ਵਰਤਿਆ ਜਾਂਦਾ ਹੈ ਡੰਡੀ ਇਹ ਦੋਵੇਂ ਹੱਥਾਂ ਨਾਲ ਉਂਗਲਾਂ ਉੱਤੇ ਪਹਿਨਣ ਵਾਲੀਆਂ ਰਿੰਗਾ ਨਾਲ বাজਾਇਆ ਜਾਂਦਾ ਹੈ ਡੰਡੀ ਇਹ ਦੂਜੇ ਸੰਗੀਤ ਸਾਧਨ ਘੜਾ ਨਾਲ ਮੇਲ ਖਾਂਦਾ ਹੈ ਜੋ ਮਿੱਟੀ ਦਾ ਬਣਿਆ ਹੁੰਦਾ ਹੈ ਡੰਡੀ ਗਾਗਰ ਨੂੰ ਰਵਾਇਤੀ ਤੌਰ ਉੱਤੇ ਪੰਜਾਬ ਦੇ ਮਾਝਾ ਖੇਤਰ ਅੰਮ੍ਰਿਤਸਰ ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਦੁੱਧ ਬਕਰੀਤਾ ਵੱਲੋਂ